ਅਸੀਂ ਛੀਆਂ ਚੱਕ ਰਹਿ ਰਹੇ ਹਾਂ। ਤੁਸੀਂ ਇਸ ਵੇਲੇ ਅਗਰ ਕੈਮਰਾ ਘੁਮਾ ਕੇ ਹਾਲਾਤ ਦੇਖੋ ਤਾਂ ਬਿਜਲੀ ਦੇ ਖੰਭਿਆਂ ਦੇ ਇੰਨੇ ਬੁਰੇ ਹਾਲਾਤ ਹੋ ਗਏ ਆ। ਕੁਛ ਖੰਭੇ ਰਾਈਟ ਸਾਈਡ ਨੂੰ ਝੁਕੇ ਹੋਏ ਆ, ਕੁਛ ਲੈਫਟ ਸਾਈਡ ਨੂੰ, ਤਾਰਾਂ ਬਿਲਕੁਲ ਲੂਜ਼ ਹੋ ਗਈਆਂ ਹਨ। ਔਰ ਮੈਂ ਬਿਜਲੀ ਡਿਪਾਰਟਮੈਂਟ ਨੂੰ ਇਹ ਅਪੀਲ ਕਰਦਾ ਹਾਂ ਕਿ ਪਲੀਜ਼ ਥੋੜ੍ਹਾ ਜਿਹਾ ਤੁਸੀਂ ਇਨੀਸ਼ੀਏਟਿਵ ਲੈ ਕੇ ਆਪਦੀਆਂ ਇਹ ਤਾਰਾਂ ਜਿਹੜੀਆਂ ਨੇ ਇਹਨਾਂ ਨੂੰ ਸਿੱਧਾ ਕਰਵਾਉਣ, ਖੰਭੇ ਸਿੱਧੇ ਕਰਵਾਉਣ, ਤਾਂ ਕਿ ਜਿਹੜੀਆਂ ਸਪਾਰਕਿੰਗ ਵਗੈਰਾ ਰਾਤ ਨੂੰ ਨਾ ਹੋਏ ਜਾਂ ਕਿਸੇ ਪ੍ਰਕਾਰ ਦੀ ਲਾਈਟ ਨਾ ਬੰਦ ਹੋਏ, ਸਾਨੂੰ ਮੁਸ਼ਕਲ ਨਾ ਆਏ। ਇਹ ਹੁਣ ਦੂਸਰਾ ਸਰਕਾਰ ਅੱਗੇ ਅਪੀਲ ਹੈ ਕਿ ਜਿਹੜਾ ਰੋਡ ਆ ਸਾਡਾ, ਇਹਦੇ ਉੱਤੇ ਕੋਈ ਵੀ ਸਪੀਡ ਬ੍ਰੇਕਰ ਨਹੀਂ ਹੈ। ਤਕਰੀਬਨ ਮਮਕੇ ਤੋਂ ਲੈ ਕੇ ਕੋਟਲੀ ਤੱਕ ਇੱਕ ਵੀ ਸਪੀਡ ਬ੍ਰੇਕਰ ਨਹੀਂ ਹੈ। ਇੱਥੇ ਨਜ਼ਦੀਕ ਗੁਰਦੁਆਰਾ ਸਾਹਿਬ ਹੈ ਜਿਹਦੇ ਕਰਕੇ ਸੰਗਤ ਆਉਂਦੀ ਹੈ ਜਾਂਦੀ ਹੈ, ਓਵਰ ਸਪੀਡ ਗੱਡੀਆਂ ਆਉਂਦੀਆਂ ਹਨ, ਹਾਦਸਾ ਹੋਣ ਦੇ ਪੂਰੇ ਚਾਂਸ ਹਨ। ਰਾਤ ਵੀ ਇੱਕ ਐਕਸੀਡੈਂਟ ਹੋਇਆ, ਗੱਡੀ ਆ ਕੇ ਖੰਭੇ ਨਾਲ ਵੱਜੀ ਹੈ, ਸੋ ਤਾਰਾਂ ਲੂਜ਼ ਹਨ ਜਿਹਦੇ ਕਰਕੇ ਤਾਰਾਂ ਦੀ ਸਪਾਰਕਿੰਗ ਹੋਈ ਹੈ, ਫਿਊਜ਼ ਉੱਡ ਗਏ ਨੇ, ਸਾਰੀ ਦਾ ਲਾਈਟ ਬੰਦ ਰਹੀ ਹੈ, ਐਕਸੀਡੈਂਟ ਹੁੰਦੇ ਆ। ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਇੱਕ ਤਾਂ ਬਿਜਲੀ ਡਿਪਾਰਟਮੈਂਟ ਜੋ ਹੈ ਉਹ ਮਿਹਰਬਾਨੀ ਕਰੇ ਆਪਣੇ ਖੰਭੇ ਸਿੱਧੇ ਕਰਾਉਣ ਅਤੇ ਤਾਰਾਂ ਸਿੱਧੀਆਂ ਕਰਨ, ਅਤੇ ਦੂਸਰਾ ਜਿਹੜਾ ਆ ਕਿ ਉਹ ਸਾਨੂੰ ਸਪੀਡ ਬ੍ਰੇਕਰ ਬਣਾ ਕੇ ਦਿੱਤਾ ਜਾਏ ਤਾਂ ਕਿ ਜਿਹੜੇ ਐਕਸੀਡੈਂਟ ਉਹ ਨਾ ਹੋਣ। ਅਗਰ ਇਸੇ ਤਰ੍ਹਾਂ ਹੀ ਤਾਰਾਂ ਲੂਜ਼ ਰਹੀਆਂ, ਖੰਭੇ ਢਿੱਲੇ ਰਹੇ ਜਾਂ ਸਪੀਡ ਬ੍ਰੇਕਰ ਨਾ ਬਣੇ, ਅਤੇ ਜਿੱਦਾਂ ਰਾਤ ਐਕਸੀਡੈਂਟ ਹੋਇਆ ਉਹ ਕਿਸਮਤ ਚੰਗੀ ਸੀ ਕਿ ਹਾਦਸਾ ਕਿਸੇ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ, ਲੇਕਿਨ ਅਗਰ ਇਸੇ ਤਰ੍ਹਾਂ ਰਿਹਾ ਤਾਂ ਫਿਰ ਇਹ ਐਕਸੀਡੈਂਟ ਹੁੰਦੇ ਰਹਿਣਗੇ। ਸੋ ਮੈਂ ਅਪੀਲ ਕਰਦਾ ਹਾਂ ਕਿ ਇਹ ਜਿਹੜੀਆਂ ਦੋ ਗੱਲਾਂ ਸਾਡੀਆਂ, ਇਹਦੇ ਉੱਤੇ ਸਰਕਾਰ ਥੋੜ੍ਹੀ ਜਿਹੀ ਤਵੱਜੋ ਦੇ ਜੀ। ਧੰਨਵਾਦ ਜੀ। ਚਾਹੁੰਦੇ ਹਾਂ ਜੀ, ਖੰਭੇ ਸਾਡੇ ਜਿਹੜੇ ਨੇ ਪੂਰੇ ਹੀ ਲੇਟ ਗਏ ਨੇ, ਤਾਰਾਂ ਸਾਰੀਆਂ ਢਿੱਲੀਆਂ ਹੋ ਗਈਆਂ ਨੇ। 3-4 ਵਾਰ ਇਹਨਾਂ ਬੰਦਿਆਂ ਨੂੰ ਕਹਿ ਬੈਠੇ ਹਾਂ ਕਿ ਖੰਭੇ ਜਿਹੜੇ ਨੇ ਸਾਡੇ ਸਿੱਧੇ ਕਰੋ। ਲੈਨਮੈਨ ਨੂੰ ਵੀ ਕਿਹਾ, ਕੋਈ ਆਖਦਾ 10,000 ਰੁਪਏ ਸਿੱਧਾ ਹੋਏਗਾ, ਕੋਈ ਆਖਦਾ 1200 ਸਿੱਧਾ ਹੋਏਗਾ। ਮਿਹਰਬਾਨੀ ਕਰਕੇ ਡਿਪਾਰਟਮੈਂਟ ਵਾਲੇ ਇਹਨਾਂ ਨੂੰ ਅਗਰ ਤਨਖਾਹ ਦਿੰਦਾ ਤਾਂ ਇਹਨਾਂ ਕੋਲ ਸਾਡੀ ਬਿਜਲੀ ਦੇ ਖੰਭੇ ਜਿਹੜੇ ਸਿੱਧੇ ਕਰਾਈ ਜਾਣ, ਤਾਰਾਂ ਕਸਾਈਆਂ ਜਾਣ, ਤਾਂ ਕਿ ਹਾਦਸਾ ਹੁੰਦੇ ਚਾਕਸ਼ੀਆਂ ਦੇ ਵਿੱਚ ਰੋਡ ਦੇ ਉੱਤੇ ਦੇਖੋ ਖੰਭੇ ਆਣ ਕੇ ਆਪ ਹੀ ਡਿਪਾਰਟਮੈਂਟ ਵਾਲੇ ਬੰਦੇ ਆਣ ਕੇ ਦੇਖ ਸਕਦੇ ਨੇ ਮੌਕੇ 'ਤੇ। ਮੈਂ ਗੁਰਦੁਆਰਾ ਕਮੇਟੀ ਪ੍ਰਧਾਨ ਕੁਲਵੀਰ ਸਿੰਘ ਬੋਲਣਾ ਪਿਆ, ਲੈਬਰਟੋਰੀ ਮਕਾਨ ਆ ਮੇਰਾ ਸਾਹਮਣੇ, ਤਾਰਾਂ ਉਹਦੇ ਨਾਲ ਅਟੈਚ ਹੋਣ 'ਤੇ ਆਈ ਦੀਆਂ ਨੇ। ਮਿਹਰਬਾਨੀ ਕਰਕੇ ਇਹਨਾਂ ਨੂੰ ਜਲਦ ਤੋਂ ਜਲਦ ਇਹ ਕਾਰਵਾਈ ਜਿਹੜੀ ਕੀਤੀ ਜਾਏ, ਇੱਥੇ ਮੌਕੇ 'ਤੇ ਆਣ ਕੇ ਮੌਕਾ ਦੇਖਿਆ ਜਾਏ ਅਤੇ ਤਾਰਾਂ ਕਸਵਾਈਆਂ ਜਾਣ, ਖੰਭੇ ਚੇਂਜ ਕਰਾਏ ਜਾਣ। ਕੋਈ ਹਾਦਸਾ ਹੋ ਸਕਦਾ? ਕੋਈ ਹਾਦਸਾ ਹੋ ਗਿਆ ਤਾਂ ਕੱਲ੍ਹ ਨੂੰ ਇਹ ਜ਼ਿੰਮੇਵਾਰ ਹੋਣਗੇ। ਕੋਈ ਹਾਦਸਾ ਹੋ ਗਿਆ ਤਾਂ ਮਹਾਰਾਜ ਨੂੰ 10 ਵਾਰ ਕਹਿ ਬੈਠੇ ਹਾਂ, ਇਹ ਆਉਂਦਾ ਹੀ ਕੋਈ ਨਹੀਂ ਇੱਥੇ, ਅਤੇ ਮਿਹਰਬਾਨੀ ਕਰਕੇ ਇਹਨਾਂ ਤੋਂ ਖੰਭੇ ਜਿਹੜੇ ਨੇ ਠੀਕ ਕਰਾਏ ਜਾਣ, ਸਾਡੇ ਖੰਭੇ ਪਟਾ ਕੇ ਦੁਬਾਰਾ ਲਾਏ ਜਾਣ। ਖੰਭੇ ਉੱਪਰ ਲਾਏ ਦੇਣ 1-1 ਫੁੱਟ ਦੇ, ਅਤੇ ਖੰਭੇ ਲੇਟ ਜਾਂਦੇ ਨੇ, ਅਤੇ ਮਿਹਰਬਾਨੀ ਕਰਕੇ ਡਿਪਾਰਟਮੈਂਟ ਨੂੰ ਇਹੋ ਅਪੀਲ ਕਰਨਾ ਚਾਹੁੰਦੇ ਕਿ ਸਾਡੇ ਖੰਭੇ ਜਿਹੜੇ ਜਲਦ ਸਿੱਧੇ ਕਰਾਏ ਜਾਣ।